ਸਤਿ ਸ੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਤੁਹਾਡਾ ਪੰਗੂ ਬਲੌਗ ਦੇ ਵਿੱਚ। ਟਾਈਮ ਹੋ ਗਿਆ 11:30 ਵੱਜ ਗਏ ਅਤੇ ਇਸ ਟਾਈਮ ਆਪਾਂ ਘਰ ਹੀ ਹਾਂ। ਘਰ ਆ ਗਏ ਸੀਗੇ ਅਤੇ ਬਰਵਾਲੇ ਖੜ੍ਹੇ ਰਹੇ ਦੋ ਦਿਨ, ਮਾਲ ਕੋਈ ਬਣਿਆ ਨਹੀਂ ਅਤੇ ਅੱਜ ਮਾਲ ਬੋਲਿਆ ਗੋਬਿੰਦਗੜ੍ਹ ਤੋਂ। ਗੋਬਿੰਦਗੜ੍ਹ ਚੱਲੇ ਹਾਂ ਭਰਨਾ, ਕਿੱਥੇ ਦੀ ਭਰਾਂਗੇ ਇਹ ਜਾ ਕੇ ਦੱਸਾਂਗੇ ਉੱਥੇ। ਅਤੇ ਹਾਲੇ ਪਹਿਲਾਂ ਟੈਂਕੀਆਂ ਫੁੱਲ ਕਰਾਈਏ, ਯੂਰੀਆ ਵੀ ਪੈਣੇ ਵਾਲਾ ਅਤੇ ਗੱਡੀ ਬੰਦ ਹੋ ਗਈ ਸੀਗੀ, 3 ਮਿੰਟ ਹੋ ਗਏ ਸੀਗੇ। ਅਤੇ ਯੂਰੀਆ ਵੀ ਪੈਣਾ, ਯੂਰੀਏ ਦੀ ਬਾਲਟੀਆਂ ਲੈਣੀਆਂ ਅਤੇ ਟੈਂਕੀ ਫੁੱਲ ਕਰਾ ਕੇ ਉੱਧਰੋਂ ਹੀ ਨਿਕਲ ਜਾਂਗੇ। ਹਾਂਜੀ ਬੋਲੋ। ਅਤੇ ਲਓ ਵੀ ਮਿੱਤਰੋ, ਟੈਂਕੀਆਂ ਕਰਵਾ ਰਹੇ ਹਾਂ ਫੁੱਲ ਆਪਾਂ, ਅਤੇ ਗੁਰਵਿੰਦਰ ਨੂੰ ਫੋਨ ਕਰ ਦਿਆ, ਉੱਥੇ ਰਾਜਪੁਰੇ ਆ ਜੂਗਾ, ਉਹ ਰਾਜਪੁਰੇ ਤੋਂ ਹੀ ਬਿਠਾ ਲਾਂਗੇ ਉਹਨੂੰ। ਆਪਾਂ ਨੇ ਟੈਂਕੀਆਂ ਫੁੱਲ ਕਰਾਉਣੀਆਂ, ਯੂਰੀਏ ਦੀਆਂ ਬਾਲਟੀਆਂ ਚੱਕਣੀਆਂ ਅਤੇ ਗਰੀਸ ਵੀ ਕਰਵਾਏ ਲੈ ਜਾਂਗੇ ਗੱਡੀ ਨੂੰ। ਹੁਣ ਲੱਗਦੀ 5 ਮਿੰਟ ਲੱਗਣੇ ਆ ਅਤੇ ਦੇਖਦੇ ਹੁਣ ਤੇਲ ਕਿੰਨਾ ਆਉਂਦਾ। ਪਿਛਲੀ ਵਾਰ ਤਾਂ 54,000 ਦਾ ਆਇਆ, ਤਾਂ ਐਤਕੀ ਦੇਖੋ ਇੱਧਰਲੀ ਟੈਂਕੀ 'ਚ ਤੇਲ ਪਿਆ 304 ਲੀਟਰ 71.26,896 ਦਾ, ਅਤੇ ਹੁਣ ਪਰਲੀ 'ਚ ਦੇਖਦੇ ਹਾਂ ਕਿੰਨੇ ਦਾ ਪੈਰਦਾ। 368 ਲੀਟਰ ਆਇਆ ਇੱਧਰਲੀ ਟੈਂਕੀ 'ਚ 32,501 ਦਾ। ਅਤੇ ਹੁਣ ਪਰਚੀਆਂ ਲੈ ਲਈਏ, ਬਣਾ ਦੇ ਪਰਚੀਆਂ, ਮੈਂ ਦੂਜੀਆਂ ਲਿਆਵਾਂ ਜਿਹੜੇ ਪਿਛਲੇ ਪੈਸੇ ਦਿੱਤੇ ਵੇ। ਲਓ ਵੀ ਚੱਲ ਪਏ ਆਪਾਂ, ਟੈਂਕੀਆਂ ਕਰਾ ਲਈਆਂ ਫੁੱਲ ਅਤੇ ਯੂਰੀਆ ਰੱਖ ਲਿਆ ਲੈ ਕੇ, 2 ਡੰਡੇ ਪਏ ਆ ਹਲੇ, ਅਤੇ ਬਾਕੀ ਰੋਡ 'ਤੇ ਲੱਗੇ ਹਾਂ ਚੜ੍ਹਨਾ। ਹੁਣ ਦਰਕਨੌਰ ਹੋ ਕੇ ਜਾਵਾਂਗੇ ਅਤੇ ਵਿੱਚ ਨੂੰ ਨਹੀਂ ਜਾਣਾ ਪਿੰਡ ਨੂੰ, ਪਿੰਡ ਦੇ ਵਿੱਚ ਲੱਗਦਾ ਜਾਮ, ਕਾਰਾਂ ਕੂਰਾਂ ਵਾਲੇ ਸਬਰ ਨਹੀਂ ਕਰਦੇ, ਇਸ ਕਰਕੇ ਆਪਾਂ ਘਨੌਰ ਨੂੰ ਹੋ ਕੇ ਹੀ ਜਾਵਾਂਗੇ। ਇੱਕ ਵਿੱਚ ਨੂੰ ਵੀ ਰਸਤਾ ਜਾਂਦਾ, ਉਹ ਦਿਖਾ ਦੂੰਗਾ ਤੁਹਾਨੂੰ ਕਿੱਥੋਂ ਜਾਂਦਾ, ਜਿਹੜੇ ਰਸਤੇ ਨੂੰ ਮੈਂ ਪਿਛਲੇ ਚੱਕਰ ਗਿਆ ਸੀਗਾ ਨਾ, ਉਹ ਰਸਤਾ ਜਾਂਦਾ। ਅਤੇ ਹੁਣ ਆਪਾਂ ਆਪਣੇ ਆ ਘਰ ਵਾਲੇ ਪਾਸੇ ਇੱਧਰੋਂ ਮਾਰਕੀਟ 'ਚ ਹੋ ਕੇ ਗਰੀਸ ਕਰਾ ਕੇ ਅਤੇ ਟੈਂਕੀ ਫੁੱਲ ਕਰਾ ਕੇ ਤੁਰ ਪਏ ਅਤੇ ਯੂਰੀਏ ਦੀ ਬਾਲਟੀਆਂ ਲੈ ਕੇ ਰੱਖ ਲਈਆਂ ਆਪਾਂ। ਬਾਈ ਸਭ ਤੋਂ ਫੁੱਦੂ ਸਰਵਿਸ ਆ ਸਾਡੇ ਅੰਬਾਲੇ ਵਾਲਿਆਂ ਦੀ, ਟਾਟਾ ਦੀ, ਠੀਕ ਆ ਨਾ। ਮੈਂ ਕਿਹਾ ਏਜੰਸੀ 'ਚ ਜਿਹੜੀ ਉਰੇ ਛੋਟੀ ਏਜੰਸੀ ਆ, ਮੋੜੇ ਵਾਲਿਆਂ ਦੇ ਵੀ ਆਹੀ ਹਾਲ ਆ, ਉਹ ਵੀ ਮਾੜਾ ਜਿਹਾ ਕੋਈ ਚਾਹੇ ਛੋਟਾ ਜਿਹਾ ਕੰਮ ਆ, ਮੰਨ ਲਓ ਅੱਧੀ ਦਿਹਾੜੀ ਤਾਂ ਗਈ ਤੁਹਾਡੀ। ਹੁਣ ਇਹਨੂੰ ਕਿਹਾ ਮੈਂ ਕਿਹਾ ਮੈਨੂੰ ਬਾਲਟੀਆਂ ਦੇ ਦੇ, ਵੀ ਨੰਬਰ ਨੋਟ ਕਰ ਲਾ, ਵੀ ਆਪਣਾ ਪਾਈ ਜਾਈ ਬਾਅਦ 'ਚ ਬਿੱਲ। ਬਸ ਫੋਨ 'ਤੇ ਲੱਗਿਆ ਵਾ, ਕੱਲ੍ਹ ਤਾਂ ਮੇਰੀ ਮਣੀ ਵੀ ਦੀ ਸਲਾਹ ਵੀ ਬਣਾਵਾਂ ਰੇਲ। ਦੇਖੋ ਬਾਰਡਰ ਹੈ, ਮੈਂ ਕਿਹਾ ਛੱਡ ਪਰਾਂ ਯਾਰ ਕਾਹਨੂੰ, ਪਰ ਯਾਰ ਜਿਹੜੇ ਅੰਬਾਲੇ ਵਾਲੇ ਬੰਦੇ ਆ ਮੋੜੇ ਜਾਂਦੇ ਆ ਹੈ ਨਾ, ਉਹਨਾਂ ਨੂੰ ਪਤਾ ਹੀ ਹੋਣਾ ਵੀ ਕਿੰਨੀ ਕੁ ਫੁਰਤੀ ਦਿਖਾਉਂਦੇ ਆ ਨਾਲੇ ਆ ਕੰਮ 'ਚ। ਸਰਵਿਸ ਜਮ੍ਹਾਂ ਢਿੱਲੀ ਆ, ਫੋਨ ਆਉਣਗੇ, ਫੋਨ ਆਊਗਾ ਜੀ ਆਪਕੋ,
ਐਵੇਂ 10 ਮੇਂ ਸੇ 10 ਨੰਬਰ ਦੇ ਦੇਣਾ। ਭੈਣ ਜੀ 10 ਮੇਂ ਸੇ 10 ਨੰਬਰ ਕਾਹਦੇ ਦਈਏ ਤੁਹਾਨੂੰ? ਉੱਧਰ ਬੰਦਾ ਲੇਟ ਹੁੰਦਾ ਹੋਵੇ ਹੈਂ, ਫਿਰ ਤੁਸੀਂ ਆਪਣਾ ਫੋਨਾਂ 'ਚ ਲੱਗੇ ਰਹਿੰਦੇ ਹੈ। ਅਤੇ ਚਲੋ ਕੱਲ੍ਹ ਹੁਣ ਗੁਰਵਿੰਦਰ ਨੂੰ ਕਰਤਾ ਫੋਨ, ਮੈਂ ਕਿਹਾ ਤੁਰ ਪਿਆ ਮੈਂ, ਇਹ ਹੈ ਘੇਲ ਪਿੰਡ, ਪਿੰਡ 'ਚ ਨੂੰ ਮੈਂ ਤਾਂ ਨਹੀਂ ਆਇਆ, ਇੱਧਰ ਨੂੰ ਵੀ ਲੈਟਾਂ ਮਾਰੇ ਦੇ ਕਾਰਾਂ ਵਾਲੇ ਰੁਕਦੇ ਹੈ ਨਹੀਂ, ਫਿਰ ਚੜ੍ਹਦੀ ਹੈ ਖੇਜ, ਜੀ ਕਰਦਾ ਤਾਰ ਕੇ ਦੋ ਦੋ ਲਾਈਏ। ਵੀ ਜੇ ਤੁਸੀਂ ਪਹਿਲਾਂ ਲਾਈਟ ਮਾਰਤੀ ਮੈਂ ਰੁਕ ਗਿਆ, ਔਰ ਜੇ ਮੈਂ ਮਾਰਤੀ ਫਿਰ ਅਗਲਾ ਬੰਦਾ ਵੀ ਤਾਂ ਰੁਕ। ਲਓ ਜੀ ਉਹ ਘਨੌਰ ਵਾਲਾ ਰਸਤਾ ਵੀ ਬੰਦ ਕਰਤਾ, ਜਿਹੜਾ ਇੱਧਰੋਂ ਅੰਬਾਲੇ ਦੇ ਜਾ ਰਿਹਾ ਸੀਗਾ ਨਾ, ਅਤੇ ਹੁਣ ਮਟੇੜੀ ਹੋ ਕੇ ਜਾਣਾ ਪੈਣਾ ਮੈਨੂੰ ਲੱਗਦਾ। ਭਲਾ ਇੱਧਰ ਨੂੰ ਵੀ ਗੱਡੀਆਂ ਮੁੜ ਰਹੀਆਂ ਯਾਰ, ਇੱਧਰ ਨੂੰ ਵੀ ਗੱਡੀਆਂ। ਹਾਂ ਆਹੋ ਦੇਖੋ ਬੱਸਾਂ ਆ ਰਹੀਆਂ ਇੱਧਰੋਂ, ਇੱਧਰ ਹੀ ਚੱਲਦੇ ਹਾਂ। ਲਓ ਬਾਈ ਮੈਤਰੋ ਟਾਈਮ ਹੋ ਗਿਆ 2 ਵੱਜ ਗਏ, 1:59 ਬਾਬੇ ਆਹ 2 ਵੱਜ ਗਏ ਸਮਝ, ਤੇ ਬਾਬੇ ਉਹ ਬੰਦਾ ਆ ਗਿਆ। ਬਾਬੇ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਐਤਕੀ ਮੈਂ ਪਿੱਛੇ ਬਲੌਗ ਬਣਾਉਣਾ ਭੁੱਲ ਗਿਆ, ਕਾਲੀ ਗਲੀ 'ਚ ਅਸੀਂ ਆਏ, ਅਸੀਂ ਨਹੀਂ ਮੈਂ ਹੀ ਆਇਆ, ਇਹ ਤਾਂ ਰਾਜਪੁਰੇ ਤੋਂ ਬਿਠਾਇਆ ਮੈਂ, ਉੱਥੋਂ ਬਨੂੜ ਹਾਂ ਚੰਡੀਗੜ੍ਹ ਵਾਲੇ ਰੋਡ 'ਤੇ, ਕਿਉਂਕਿ ਉਹ ਬੰਦ ਹੋਇਆ ਵਾ ਸੀਗਾ ਜਿਹੜੇ ਰੋਡ ਨੂੰ ਜਾ ਰਿਹਾ ਸੀਗਾ ਮੈਂ, ਉੱਥੋਂ ਆਇਆ ਲਾਲੜੂ, ਲਾਲੜੂ ਤੋਂ ਲਹਿਲੀ ਦਾ ਵਿੱਚ ਨੂੰ ਕੱਢ ਲਿਆ ਮੈਂ, ਮੈਨੂੰ ਕਹਿੰਦਾ ਸਿੱਧਾ ਜਾ ਜੀਰਕਪੁਰ ਨੂੰ, ਮੈਂ ਕਿਹਾ ਗੱਡੀ ਹਸਨਪੁਰ ਦੀ ਆ, ਮੈਂ ਕਿਹਾ ਕਿਉਂਕਿ ਮੇਰੀ ਮਾਸੀ ਰਹਿੰਦੀ ਆ ਉੱਥੇ, ਮੈਂ ਕਿਹਾ ਰੁਪੀ ਦੀ ਗੱਡੀ ਆ, ਸਤਿਕਾਲ ਜੀ। ਤੇ ਸਤਨਾਮ ਢਾਬੇ ਤੇ ਜਾਣਾ ਆਪਾਂ ਨੇ, ਸਤਨਾਮ ਢਾਬੇ ਦੇ ਕੋਲ ਸ਼ੰਕਰ ਕੰਡਾ ਮਾਲ ਉਹੀ ਆ ਬਾਬੇ ਉਹ ਜਿਹੜਾ ਅਸੀਂ ਨਾਗਪੁਰੋਂ ਭਰ ਕੇ ਲਿਆਏ ਸੀ, ਸੇਮ ਉਹੀ ਹੈ, ਲੋਹਾ ਨਹੀਂ ਉਹ ਥੋੜੀ ਜਿਹੀ ਉਹ ਆ, ਇਹ ਪਤਲੀ ਆ ਪੱਤੀ ਮੋਟੀ ਹੈ, ਕਿਉਂਕਿ ਮੈਨੂੰ ਫੋਟੋ ਭੇਜੀ ਨੇ ਅੱਛਾ ਸੈਣੀ ਬਾਈ ਨੇ ਲਵਾਈ ਆ, ਹਾਂ ਹਾਂ ਇਸ ਕਰਕੇ। ਲਓ ਫਿਰ ਉਹ ਠੀਕ ਆ, ਰੱਸਾ ਨਾ ਤਰਪਾਲ ਗੋਬਿੰਦ ਕੱਢਦਾ ਮਾਲ, ਚਾਚੇ ਗੱਲ ਕਿਆ ਕਰਤੀ ਤੈ, ਚੱਲ ਥੋੜਾ ਹੀ ਰਹਿ ਗਿਆ ਚਾਚਾ ਦਾ, ਚੱਲਿਆ ਕਾਫੀ ਦੇਰ ਬਾਅਦ, ਮੈਂ ਲਾਇਆ ਪਿੱਛੇ ਜੇ ਕਿਹੜਾ ਚੱਲਿਆ
ਉਦੇਪੁਰ ਘਾਟ ਤਾਂ ਲੱਭਦਾ ਹੀ ਨੀ, ਚਰਨ ਕਮਲ ਹੋਟਲ ਨੀ ਲੱਭਦਾ, ਤੁਸੀਂ ਉਦੇਪੁਰ ਦੀ ਗੱਲ ਕਰਦੇ ਹੋ। ਹੋਰ ਤੇ ਆਪਣਾ ਜਿਹੜਾ ਮੜਾਸੇ ਵਾਲਾ ਸਿੰਗਲ ਰੋਡ ਸੀ ਸਾਰਾ ਡਬਲ, ਬੜੋਦੇ ਵਾਲਾ ਐਕਸਪ੍ਰੈਸ ਤੇ ਟਾਪੋ ਟਾਪ ਗੱਡੀ, ਹਾਂ ਸਹੀ ਗੱਲ ਆ। ਨਾਲੇ ਤੁਹਾਨੂੰ ਸਪਰਾਈਜ਼ ਦਿਆਂਗੇ ਰਾਹ ਚ, ਸਪਰਾਈਜ਼ ਹੈਗਾ ਦੱਸਾਂਗੇ, ਬੜਾ ਤਗੜਾ। ਲਓ ਜੀ ਕਰੋ ਬੰਦ ਬਾਬੋ, ਆਪਾਂ ਆ ਗਏ ਘਰ ਤੋਂ 75 ਕਿਲੋਮੀਟਰ। ਲਓ ਜੀ ਮਿੱਤਰੋ, ਸ਼ੰਕਰ ਕੰਡੇ ਤੇ ਪਹੁੰਚ ਗਏ ਆਪਾਂ, ਇੱਥੇ ਕਰਾਉਂਦੇ ਆ ਕੰਡਾ ਹੁਣ। ਆ ਇੱਕ ਗੱਡੀ ਤੋਂ ਬਾਅਦ ਬੁਰਾ ਤੋੜ ਦਿੰਦਾ, ਪ੍ਰਯਾਗ ਮਿਲ ਬੰਬੇ ਦੀ, ਬੰਬੇ ਦਾ ਮਾਲ ਜਾਣਾ ਕਹਿੰਦਾ, ਲਾਸਟ ਚ ਜਾ ਕੇ ਲਾਓ ਕਿੱਟ ਲੱਗੀ ਵੀ ਹੈ, ਇੱਥੇ ਚਲੇ ਜਾਓ। ਲਓ ਮਿੱਤਰੋ ਟਾਈਮ ਹੋ ਗਿਆ 4:36, ਅਤੇ ਗੱਡੀ ਦਾ ਕਰਵਾਈਏ ਆਪਾਂ ਕੰਡਾ, ਅਤੇ ਦੇਖਦੇ ਹਾਂ ਬਾਹਰ ਵਾਲੇ ਕੰਡੇ 'ਚ ਅਤੇ ਅੰਦਰ ਵਾਲੇ ਕੰਡੇ 'ਚ ਕਿੰਨਾ ਫਰਕ ਆਉਂਦਾ। ਬਾਹਰ ਆਇਆ ਸੀ ਆਪਣਾ 1475, ਅਤੇ ਅੰਦਰ ਵਾਲੇ 'ਚ ਦੇਖਦੇ ਹਾਂ ਕਿੰਨਾ ਆਉਂਦਾ। ਅਤੇ ਫਿਰ ਪਤਾ ਲੱਗ ਜਾਏਗਾ ਹੈ ਨਾ, 1420। ਹਾਂ ਕਰਾ ਲਾ। ਲਓ ਮਿੱਤਰੋ ਗੱਡੀ ਲੱਗ ਗਈ ਲੋਡ ਹੁਣ, ਇੱਥੋਂ ਤਾਂ ਕਹਿੰਦੇ 5 ਟਨ ਮਾਲ ਪੈਣਾ, ਅਤੇ ਬਾਕੀ ਮਾਲ ਜਿਹੜਾ ਬਾਹਰ ਦੇ ਪੈਣਾ। ਪੰਜ ਟਨ ਵਿੱਚ ਗੱਡੀ ਉਹਦੇ ਲਓ, ਫਿਰ ਉੱਧਰ ਬਾਕੀ ਇਹਨੂੰ ਫੋਨ ਕਰਦਾ ਮੈਂ ਟਰਾਂਸਪੋਰਟਰ ਨੂੰ, ਇਹ ਤਾਂ ਕਹਿੰਦੇ ਵੀ 6 ਟਨ ਮਾਲ ਹੈ। ਠੰਡਾ ਜਿਹਾ ਤਾਂ ਚੱਲ ਚੱਲ ਜਾਂਦਾ, ਪਰ ਠੰਡਾ ਜਿਹਾ ਇੰਨਾ ਸੇਕ ਨਹੀਂ ਨਾ ਚੱਲਦਾ, ਮੈਨੂੰ ਇੱਥੇ ਤੱਕ ਸੇਕ ਆ ਰਿਹਾ ਬੈਠੇ ਨੂੰ, ਅਤੇ ਇਹਨਾਂ ਦਾ ਵਿਚਾਰਿਆਂ ਦਾ ਕਿਹਾ। ਉੱਥੇ ਉਹ ਕਰਦੇ ਪਏ ਆ, ਕੰਮ ਕਰਦੇ ਪਏ ਆ, ਜਿਹੜੇ ਜ਼ਿਆਦਾ ਲਾਗ ਕੰਮ ਕਰਦੇ ਆ ਉਹਦਾ ਪਾਣੀ ਉਹ ਸੁੱਕੀ ਜਾਂਦੇ ਆ ਆਪਣੇ ਉੱਪਰ। ਆਹ ਚਲੀ ਗਈ ਮਸ਼ੀਨ, ਰੱਖ ਗਏ ਪੱਟੀ, ਲੱਗਦਾ ਹੋ ਗਈ ਲੋਡ, ਹੋ ਗਈ ਡਾਲਾ ਲੈਣ ਆ ਰਿਹਾ ਚੋਬਰ ਹੈ। 100 ਰੁਪਈਆ ਦੇ ਦਿਓ ਇਹਨੂੰ, ਕੰਡੇ ਦੇ ਲਾ ਲਓ। 24290।
ਬਾਕੀ ਉੱਧਰੋਂ ਫੋਨ ਕਰਦੇ ਹਾਂ ਇਹਨੂੰ, ਕੰਡਾ ਹੋ ਗਿਆ। ਹਾਂ ਮਿੱਤਰੋ 7:49 ਹੋ ਗਏ ਅਤੇ ਗੱਡੀ ਫਸ ਗਈ। ਉਹ ਪਹਿਲਾਂ ਜਿੱਥੇ ਉਹਦੇ ਪੈਰ ਹੈ ਟਰਾਲੀ ਦੇ, ਉੱਥੇ ਉੱਚੀ ਨੀਵੀਂ ਜਗ੍ਹਾ ਸੀਗੀ, ਪਿੱਛੇ ਵਾਲੇ ਟਾਇਰ ਘੁੰਮਦੇ ਤੇ, ਅਤੇ ਹੁਣ ਉਰੇ ਘੁੰਮਣ ਲੱਗ ਗਈ ਕਿਉਂਕਿ ਬੈਲਟ ਖੋਲੀ ਆ, ਫੱਟੇ ਨਹੀਂ ਪੈ ਰਹੇ ਹੁਣ ਤਾਂ ਕਰਕੇ। ਹੁਣ ਗੱਡੀ ਲਾਈ ਆਪਣੇ ਹੋਟਲ 'ਤੇ ਆ ਕੇ, ਕਿਉਂਕਿ ਉੱਥੇ ਆ ਚੋਰੀ ਮੇਨ ਰੋਡ 'ਤੇ, ਹੈ ਨਾ, ਅਤੇ ਇਸ ਕਰਕੇ ਹੁਣ ਉਹ ਜਿਹੜੀ ਗੱਲ ਹੋਈ ਆ ਉਹਦੀ ਟਰਾਂਸਪੋਰਟਰ ਨਾਲ ਹੋਈ ਆ, ਉਹ ਇਹ ਹੋਈ ਆ, ਉਹ ਕਹਿੰਦਾ ਯਾਰ ਮੈਂ ਪਹਿਲਾਂ ਕਿਹਾ ਸੀਗਾ ਵੀ ਗੱਡੀ 2 ਜਗ੍ਹਾ ਤੋਂ ਭਰੂਗੀ, ਕਹਿੰਦਾ ਸੁਣਨੇ 'ਚ ਫਰਕ ਲੱਗ ਗਿਆ ਹੋਣਾ ਬਈ। ਮੈਂ ਪਹਿਲਾਂ ਉਹਨੇ ਰਿਕਾਰਡਿੰਗ ਵੀ ਭੇਜੀ ਮੈਨੂੰ, ਕਹਿੰਦਾ ਆਹ ਦੇਖ, ਕਹਿੰਦਾ ਮੈਂ ਪਹਿਲਾਂ ਕਿਹਾ, ਅਤੇ ਕਹਿੰਦਾ ਤਾਂ ਹੀ ਰੇਟ ਕਹਿੰਦਾ 10 ਰੁਪਏ ਫਾਲਤੂ ਲਾਇਆ ਮੈਂ, ਠੀਕ ਆ। ਅਤੇ ਦੂਜੀ ਗੱਲ ਇਹ ਬਈ 9 ਟਨ ਮਾਲ ਪੈ ਗਿਆ ਆਪਣੀ ਗੱਡੀ 'ਚ, ਬਾਕੀ ਸਵੇਰੇ ਪੈ ਜਾਣਾ, ਉਹ ਕਹਿੰਦਾ ਸਵੇਰੇ ਟਾਈਮ ਨਾਲ ਲੋਡ ਕਰਵਾ ਦੂੰਗਾ ਮੈਂ ਅਤੇ ਬਾਕੀ ਨਿਕਲ ਜਾਓ। ਅਤੇ ਗੱਡੀ ਇਹ 4x4 ਤਾਂ ਹੈ, 4x4 ਵੀ ਤਾਂ ਕੰਮ ਕਰੂ, ਉੱਧਰੋਂ ਵੀ ਟਾਇਰ ਹਵਾ 'ਚ ਹੋ ਜਾਂਦਾ, ਇੱਕ ਇੱਧਰੋਂ ਹੋ ਜਾਂਦਾ ਹਵਾ 'ਚ। ਹੁਣ ਪੱਥਰ ਰੱਖੇ ਆ ਇਹ, ਹੁਣ ਇਹ ਆ ਦੇਖੋ, ਫਿਰ ਉੱਥੇ ਲਿਆ ਕੇ ਖੜਾ ਲਈ ਪਤੰਦਰ ਨੇ। ਇਹ ਤਾਂ ਚੰਗਾ ਤਾਂ ਪਰਾਂ ਹੀ ਕੱਢ ਲੈਂਦਾ, ਪਰਾਂ ਨੂੰ ਇਹ ਲੈ ਜਾ। ਹਾਂ ਮੰਨ ਗਿਆ ਗੱਲ, ਬੈਲਟ ਤੈਂ ਖੋਲੀ ਆ ਹੈਂ, ਠੀਕ ਆ। ਅਤੇ ਹੁਣ ਬਾਹਰ ਚੱਲਦੇ ਹਾਂ ਘੁੰਮਣ। ਨਾ ਮਿੱਤਰੋ ਸਤਿ ਸ਼੍ਰੀ ਅਕਾਲ, ਅਤੇ ਅੱਜ ਆ 2ਦਿਨ, ਅਤੇ ਟਾਇਰ ਦੀ ਸਾਈਡ ਪਲਟੀ ਕਰਾਉਣੀ ਸੀਗੀ ਆਪਣੇ, ਕਿਉਂਕਿ ਇਹ ਦੇਖੋ ਇੱਥੇ ਇੱਧਰ ਆ ਦੇਖੋ ਲਕੀਰਾਂ ਦਿਖਦੀਆਂ ਪਈਆਂ ਨਾ, ਅਤੇ ਇੱਧਰ ਲਕੀਰਾਂ ਸਾਫ਼ ਆ। ਗੁਟਕਾ ਦੇਈ ਵੀਰੇ, ਅਤੇ ਆ ਦੇਖੀ, ਅਤੇ ਬਾਕੀ ਟਾਇਰ ਤਾਂ ਆਪਣੇ ਸੈੱਟ ਆ, ਇਹੀ ਆ ਜਿਹੜਾ ਕਿਨਾਰੀ ਦਬਾ ਰਿਹਾ, ਅਤੇ ਆ ਦੇਖੋ ਇਹਦੀਆਂ ਵੀ ਲਾਈਨਾਂ ਦੇਖਦੀਆਂ, ਇੱਧਰ ਵੀ ਦੇਖਦੀਆਂ, ਅਤੇ ਬਾਕੀ ਏਜੰਸੀ ਜਾਵਾਂਗੇ ਇੱਕ ਵਾਰੀ, ਉੱਥੇ ਵੀ ਦਿਖਾਏ ਲਵਾਂਗੇ ਲੈਣ ਲੋਨ ਜੀ। ਆ ਦੇਖੋ ਇੱਧਰ ਵੀ ਠੀਕ ਆ, ਬਾਕੀ ਤਾਂ ਠੀਕ ਆ ਆਪਣੇ, ਅਤੇ ਇੱਕ ਚੱਕਰ ਲਾ ਕੇ ਉਹ ਪਰਲਾ ਉਹ ਵੀ ਕਰਾ ਦਾਂਗੇ ਆਪਾਂ ਸੈੱਟ।
ਤੇ ਪਿਛਲੇ ਚ ਹਵਾ ਵੀ ਕਰਾ ਲਾਂਗੇ ਚੈੱਕ ਆਪਾਂ। ਤੇ ਇੰਨੇ ਆਉਂਦਾ ਉਹ ਉਹਨੇ ਕਿਹਾ ਸੀਗਾ ਕਹਿੰਦਾ ਇੱਥੇ ਲਾ ਲਿਓ ਮੰਦਰ ਕੋਲ, ਉਹ ਮੰਦਰ ਆ ਅਮਲੋਹ ਰੋਡ ਤੇ ਖੜੇ ਆ। ਮੋਟੇ ਹੋ ਗਏ ਮੋਟੇ ਆਉਂਦਾ ਫਿਰ ਉੱਥੇ ਕਿੱਥੇ ਆ ਦੇਖੋ ਜਾ ਰਹੀ ਆ ਨਾ ਬਈ ਪਾਣੀ ਛਿੜਕਦੀ ਜਾ ਰਹੀ ਆ। ਆ ਇਹਨੂੰ ਦੇਖੋ ਘੋੜੇ ਵਾਲੇ ਨੂੰ ਵੀ ਮਾੜਾ ਜਿਹਾ ਪਿੱਛੇ ਰੱਖ ਹੈਂ ਪਾਣੀ ਗਿਰ ਗਿਆ ਉਹਦੇ ਉੱਪਰ ਜਾ ਰਿਹਾ ਇੱਕ ਉੱਤੇ ਭਈਆ ਹੁਣ ਉਹ ਮੋੜੇਗਾ ਇਹ ਮੋੜ ਲਈ ਲੈ ਇੱਧਰ ਲੈ ਵੀਡੀਓ ਬਣਾਈ ਜੇ ਆਏਗਾ ਇੱਧਰ ਨੂੰ ਸਾਰਾ ਤਾਂ ਨਹੀਂ ਆ ਗਿਆ ਆ ਗਿਆ ਲਓ ਏ ਮਿੱਤਰੋ ਫੇਰ ਆ ਗਿਆ ਇੱਧਰ ਨੂੰ ਉਹ ਚਾਰੇ ਪਾਸੇ ਨੂੰ ਕਰਿਆ ਵਾ ਨੇ ਪਾਣੀ ਹੈਨਾ ਪਾਣੀ ਕੀ ਫੁਹਾਰ ਛੋੜੀ ਗੋਬਿੰਦਗੜ੍ਹ ਮੈਂ ਜਿੱਥੇ ਸੇਕ ਹੈ ਮਿੱਤਰੋ ਬੰਦਾ ਆ ਗਿਆ ਸੀਗਾ ਤੇ ਹੁਣ ਸਾਹਮਣੇ ਫੈਕਟਰੀ ਆ ਉਹਦੇ ਚ ਹੋਣੀ ਆ ਲੋਡ ਕਰਕੇ ਇਹ ਨਿਕਲਦੇ ਹੈ ਕੋਈ ਲੋੜ ਨਹੀਂ ਨਾ 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 ਵੀ ਮਿੱਤਰੋ ਬਾਹਰ ਆ ਗਏ ਸੀਗੇ ਰੋਡ ਤੇ ਬਿੱਲ ਲੈਣੇ ਸੀਗੇ ਤੇ ਗਗਨ ਬਾਈ ਮਿਲਿਆ ਆਪਾਂ ਨੂੰ ਤੇ ਹੁਣ ਟਰਾਂਸਪੋਰਟ ਚ ਜਾਂਦੇ ਆ ਆਪਾਂ ਤੇ ਹੋਰ ਸੁਣਾ ਬਾਈ ਗੱਲਬਾਤ ਠੀਕ ਠਾਕ ਕਿਆ ਕੰਮ ਕਾਰ ਕਰਦੇ ਆ ਅੱਛਾ ਠੀਕ ਆ ਠੀਕ ਆ ਹੋਰ ਉਹ ਆ ਰਿਹਾ ਸੀਗਾ ਬਿੱਲ ਦੇਣ ਮੈਂ ਕਿਹਾ ਇੰਨੇ ਰੋਟੀ ਖਾ ਲੈਣੇ ਆ ਯਾਰ ਇਹਦੇ ਕੋਲ ਖਾ ਲਏ ਸੀਗੇ ਕਿੱਥੇ ਹਾਂ ਠੀਕ ਆ ਚਲੋ
ਲਓ ਬਾਈ ਆਹ ਸੀਲ, ਆਹ ਦਿਖਾਉਂਦੇ ਆ ਤੁਹਾਨੂੰ ਤਾਰ। ਆਹ ਫੈਕਟਰੀ 'ਚ ਖੜੇ ਹਾਂ, ਤਾਰ ਇਹਨਾਂ ਨੇ ਉਹ ਇੱਕ ਬੰਡਲ ਨੂੰ ਤਾਰ ਵੱਜੀ ਵੀ ਆ ਉੱਥੇ, ਇਹ ਤਾਰ ਇਹਨਾਂ ਨੇ ਲੋਡ ਕਰਨ ਲੱਗੇ ਉਹ ਕਰੀ ਆ, ਤੋੜੀ ਆ ਇਹ ਵਾਲੀ। ਕਦੇ ਸਾਨੂੰ ਕੱਲ੍ਹ ਨੂੰ ਸਾਡੇ ਪ੍ਰੋਬਲੇਮ ਆ ਜੇ, ਬਾਕੀ ਸਾਰੇ ਬੰਡਲਾਂ ਦੀ ਤਾਰਾਂ ਠੀਕ ਆ, ਇਹਦੀ ਤਾਰ ਇਹਨਾਂ ਨੇ ਚੱਕਣ ਲੱਗੇ ਤੋੜਤੀ। ਆਹ ਮਿੱਤਰੋ 4:25 ਹੋ ਗਏ ਅਤੇ ਬੰਡਲ ਆਹ ਦੁਬਾਰਾ ਲੱਗੇ ਆ ਬੰਨਣ, ਹੁਣ ਚੰਗਾ ਭਲਾ ਕੰਡਾ ਹੋ ਗਿਆ ਸੀਗਾ। ਚੱਲ ਆਪਣਾ ਫਾਇਦਾ ਹੀ ਆ, ਆਪਣੇ ਪਰ ਨਹੀਂ ਗੱਲ ਆਊਗੀ ਕੋਈ, ਅਤੇ ਆਹ ਬੰਡਲ ਬੰਨ ਕੇ ਫਿਰ ਕਰਵਾਉਂਦੇ ਹਾਂ ਕੰਡਾ। ਮਿੱਤਰੋ ਬਿੱਲ ਮਿਣ ਕੇ ਅਤੇ ਉੱਥੇ ਵਜਨ ਆ ਰਿਹਾ ਸੀਗਾ ਪਿਛਲੇ ਕੰਡੇ 'ਤੇ 44010, ਉਰੇ ਆ ਰਿਹਾ 43980। ਅਤੇ ਬਾਹਰ ਸ਼ੰਕਰ ਕੰਡੇ 'ਤੇ ਦੇਖਦੇ ਹਾਂ ਆਪਾਂ ਕਿਆ ਵਜਨ ਆਉਂਦਾ ਆਪਣਾ ਟੋਟਲ। ਬਾਈ ਜਾਂਦਾ ਵੀਡੀਓ ਬਣਾਉਂਦਾ, ਲਾ ਬਾਈ ਦੀ ਬਣਾ ਵੀਡੀਓ। ਠੀਕ ਹੈ ਬਾਈ, ਮਿਲਦੇ ਹਾਂ ਸਰਹੰਦ। ਲਓ ਵੀ ਮਿੱਤਰੋ ਸਰਹੰਦ ਪਹੁੰਚ ਗਏ ਅਤੇ ਬਾਈ ਉਹ ਜਿਹਦੀ ਆਪਾਂ ਵੀਡੀਓ ਬਣਾ ਰਹੇ ਤੇ, ਬਾਈ ਸਾਡੀ ਬਣਾ ਰਹੇ ਸੀ, ਬਾਈ ਦੀ ਵੀਡੀਓ ਬਣਾ ਰਹੇ ਤੇ ਅਤੇ ਹੁਣ ਮਾੜਾ ਜਿਹਾ ਲੋਕ ਦਿਖਾਉਣਾ, ਲੋਕ ਦਾ ਉਹ ਹੋਇਆ ਵਾ ਕੰਮ। ਹੋਰ ਅੰਕਲ ਠੀਕ ਹੈ, ਵਧੀਆ, ਓਕੇ ਰਿਪੋਰਟਾਂ ਹੈ ਵਧੀਆ। ਅਤੇ ਹੋਰ ਠੀਕ ਠਾਕ ਆ, ਅਤੇ ਕਰਦੇ ਹਾਂ ਚਲੋ ਗੱਲਾਂ ਬਾਤਾਂ, ਗੱਡੀ ਲਾ ਲਈਏ ਦੱਬ ਕੇ। ਲਓ ਮਿੱਤਰੋ ਜਿਹੜਾ ਕੰਮ ਸੀਗਾ ਆਪਾਂ ਕਰਾ ਕੇ ਚੱਲ ਪਏ ਅਤੇ ਹੁਣ ਜਾਵਾਂਗੇ ਪਟਿਆਲਾ, ਪਟਿਆਲੇ ਰੋਡ ਨੂੰ ਜਾਵਾਂਗੇ, ਪੰਜਾਬ ਹਰਿਆਣੇ ਨਹੀਂ ਜਾਣਾ ਆਪਾਂ ਨੇ। ਅਤੇ ਕਿੱਦਾਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੌਗ, ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦਿਓ ਪ੍ਰੈਸ, ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜਾਵੇ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ। ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਅਗਲੇ ਵਲੌਗ 'ਚ, ਜਦ ਤੱਕ ਰੱਬ ਰਾਖਾ।